ਆਮ ਆਦਮੀ ਪਾਰਟੀ ਬਰਗਾੜੀ 'ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਤੇ 9 ਜਨਵਰੀ ਨੂੰ ਵੱਡਾ ਖੁਲਾਸਾ ਕਰਨ ਜਾ ਰਹੀ ਹੈ। ਇਸ ਦੀ ਪੁਸ਼ਟੀ ਖੁਦ ਭਗਵੰਤ ਮਾਨ ਨੇ ਇੱਕ ਵੀਡੀਓ ਰਾਹੀਂ ਕੀਤੀ ਹੈ। ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਖੁਲਾਸੇ ਜ਼ਰੀਏ ਅਜਿਹਾ ਧਮਾਕਾ ਕਰਨ ਜਾ ਰਹੀ ਹੈ ਕਿ ਕੈਪਟਨ ਸਰਕਾਰ ਪੂਰੀ ਦੁਨੀਆ 'ਚ ਆਪਣਾ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੇਗੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ, ਮੈਂ ਇੱਕ ਵਾਰੀ ਫਿਰ ਤੁਹਾਡੇ ਨਾਲ ਲਾਈਵ ਰੂਬਰੂ ਹਾਂ। ਦੋਸਤੋ, ਪੂਰੀ ਦੁਨੀਆ ਦੇ ਵਿੱਚ ਵੱਸਦੇ ਪੰਜਾਬੀਆਂ ਦੇ ਖਾਸ ਤੌਰ 'ਤੇ ਹਿਰਦੇ ਜਿਹੜੇ ਨੇ ਉਸ ਵੇਲੇ ਬਲੁੰਦਰੇ ਗਏ ਸੀ ਜਿਸ ਵੇਲੇ ਬਰਗਾੜੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹੋਇਆ ਸੀ, ਬੇਅਦਬੀ ਹੋਈ ਸੀ, ਉਹਨਾਂ ਦੇ ਅੰਗਾਂ ਨੂੰ ਗਲੀਆਂ ਦੇ ਵਿੱਚ ਖਿਲਾਰਿਆ ਗਿਆ ਸੀ। ਮੁੱਦਾ ਭਖਿਆ, ਧਰਨੇ ਲੱਗੇ, ਰੋਸ ਪ੍ਰਦਰਸ਼ਨ ਹੋਏ, ਗੋਲੀਆਂ ਚੱਲੀਆਂ, ਦੋ ਮੁੰਡਿਆਂ ਦੀ ਜਾਨ ਵੀ ਚਲੀ ਗਈ, ਕਰਫਿਊ ਲੱਗੇ, ਮੋਰਚੇ ਲੱਗੇ, ਪਰ ਕੋਈ ਉਹਦਾ ਨਤੀਜਾ ਖਾਸ ਨਿਕਲਿਆ ਨਹੀਂ। ਜਾਂਚ ਕਮਿਸ਼ਨ ਬਿਠਾਏ ਗਏ। ਆਮ ਆਦਮੀ ਪਾਰਟੀ ਵੱਲੋਂ ਅਸੀਂ ਪਰਸੋਂ ਯਾਨੀ ਕਿ 9 ਜਨਵਰੀ ਨੂੰ ਇੱਕ ਬਹੁਤ ਵੱਡਾ ਖੁਲਾਸਾ ਕਰਨ ਜਾ ਰਹੇ ਹਾਂ ਬਰਗਾੜੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ। ਉਹ ਇਹੋ ਜਿਹਾ ਖੁਲਾਸਾ ਹੈ ਕਿ ਕੈਪਟਨ ਸਰਕਾਰ ਜਿਹੜੀ ਹੈ ਉਹ ਪੂਰੀ ਦੁਨੀਆਂ 'ਚ ਵੱਸਦੇ ਪੰਜਾਬੀਆਂ ਨੂੰ ਮੂੰਹ ਦਿਖਾਉਣ ਦੇ ਲਾਇਕ ਨਹੀਂ ਰਹੂਗੀ। ਉਹਨਾਂ ਦਾ ਅਸਲੀ ਚਿਹਰਾ ਸਾਹਮਣੇ ਆਜੂਗਾ ਉਸ ਖੁਲਾਸੇ ਨੂੰ ਸੁਣ ਕੇ। ਸੋ ਤੱਥ ਜਿਹੜੇ ਨੇ ਸਾਡੇ ਕੋਲ ਪਹੁੰਚ ਚੁੱਕੇ ਨੇ, ਅਸੀਂ ਉਹਨਾਂ ਤੱਥਾਂ ਨੂੰ ਸੀਰੀਅਲ ਵਾਈਜ਼ ਕੈਟਾਗਰੀ ਵਾਈਜ਼ ਕਰਕੇ ਉਹਨਾਂ ਨੂੰ ਅਸੀਂ ਜਨਤਕ ਕਰਾਂਗੇ, ਪ੍ਰੈਸ ਦੇ ਸਾਹਮਣੇ ਕਰਾਂਗੇ 9 ਤਰੀਕ ਨੂੰ, ਪਰਸੋਂ ਨੂੰ, 9 ਜਨਵਰੀ ਨੂੰ। ਉਹ ਖੁਲਾਸਾ ਜਿਹਨੂੰ ਸੁਣ ਕੇ ਕੈਪਟਨ ਸਰਕਾਰ ਨੂੰ, ਪਬਲਿਕ ਨੂੰ ਜਵਾਬ ਦੇਣਾ ਬਹੁਤ ਮੁਸ਼ਕਲ ਹੋ ਜੂਗਾ। ਅਤੇ 9 ਜਨਵਰੀ ਨੂੰ ਅਸੀਂ ਇਹ ਖੁਲਾਸਾ ਚੰਡੀਗੜ੍ਹ ਤੋਂ ਪ੍ਰੈਸ ਮੀਡੀਆ ਦੇ ਰਾਹੀਂ ਕਰਾਂਗੇ, ਜਿਹੜਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਜਿਹੜੀ ਬਰਗਾੜੀ ਦੇ ਵਿੱਚ ਹੋਈ ਹੈ ਉਸ ਸਿਲਸਿਲੇ 'ਚ ਹੋਊਗਾ। ਤੋ ਇੰਤਜ਼ਾਰ ਕਰਿਓ 9 ਜਨਵਰੀ ਤੱਕ, ਅਸੀਂ ਸਾਰੇ ਤੱਥ ਇਕੱਲਾ ਇਕੱਲਾ ਪੁਆਇੰਟ ਜਿਹੜਾ ਮੀਡੀਆ ਸਾਹਮਣੇ ਰੱਖਾਂਗੇ। ਦੱਸ ਦਈਏ ਕਿ ਬੇਅਦਬੀ ਮਾਮਲਿਆਂ ਸੰਬੰਧੀ ਪਹਿਲਾਂ ਅਕਾਲੀ ਦਲ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ, ਅਤੇ ਜੇਕਰ ਹੁਣ ਭਗਵੰਤ ਮਾਨ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਆਮ ਆਦਮੀ ਪਾਰਟੀ ਕਾਂਗਰਸ ਦੀ ਕੈਪਟਨ ਸਰਕਾਰ ਵਾਸਤੇ ਵੀ ਵੱਡੀਆਂ ਮੁਸੀਬਤਾਂ ਖੜੀਆਂ ਕਰ ਸਕਦੀ ਹੈ। ਚੰਡੀਗੜ੍ਹ ਤੋਂ ਦਿਨੇਸ਼ ਗੋਇਲ ਦੇ ਨਾਲ ਦੈਨਿਕ ਸਵੇਰਾ ਟੀਵੀ।